ਮਹਿੰਦਰ ਹਾਂ ਜੀ ਦੱਸਾਂ ਜੀ ਮਹਿੰਦਰ ਸਿੰਘ ਮੈਂ ਉਦੋਂ 84 ਵੇਲੇ ਜੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਸੰਤ ਲੌਂਗੋਵਾਲ ਦਾ ਨਾਲ ਸੀਗਾ ਅਤੇ ਉਸ ਟਾਈਮ ਜਿਹਨੇ 4 ਤਰੀਕ ਨੂੰ ਸੁਬਹਾ 4 ਵਜੇ ਇਹ ਅਟੈਕ ਗੌਰਮੈਂਟ ਨੇ ਕੀਤਾ। ਕੋਈ ਉਹਨਾਂ ਨੇ ਆਵਾਜ਼ ਨਹੀਂ ਦਿੱਤੀ ਸਾਨੂੰ, ਕੋਈ ਉਹਨਾਂ ਨੇ ਕਿਹਾ ਨਹੀਂ ਵੀ ਕੋਈ ਬਾਹਰ ਆ ਜਾਓ, ਅਤੇ ਅੰਦਰੋਂ ਬਾਹਰ ਨਹੀਂ ਜਾਣ ਦਿੱਤੇ ਅਤੇ ਬਾਹਰੋਂ ਅੰਦਰ ਨਹੀਂ ਜਾਣ ਦਿੱਤੇ। ਅਤੇ ਫਿਰ 4 ਤਰੀਕ ਨੂੰ ਤੜਕੇ ਸੁਬਹਾ 4 ਵਜੇ ਅਟੈਕ ਕੀਤਾ। 4 ਵਜੇ ਅਟੈਕ ਕਰਕੇ ਉਦੋਂ ਬਾਅਦ ਫਿਰ ਗੋਲੀ ਬੰਦ ਨਹੀਂ ਕਰੀ ਹੈਗੀ ਇਹਨਾਂ ਨੇ। ਉਦੋਂ ਅਸੀਂ ਸਮੁੰਦਰੀ ਹਾਲ 'ਚ ਸੀਗੇ ਸੰਤਾਂ ਦੇ ਨਾਲ, ਅਤੇ ਉਦੋਂ ਬਾਅਦ ਫਿਰ ਅਸੀਂ ਇਹ ਟੌੜਾ ਸਾਹਿਬ ਦਾ ਇੱਕ ਰਿਆਸੀ ਕਮਰਾ ਸੀਗਾ ਜਿਵੇਂ ਆਪਣੇ ਸਾਈਡ 'ਚ, ਅਸੀਂ ਫਿਰ ਸਾਰੇ ਅਸੀਂ ਉੱਥੇ ਆ ਗਏ। ਉੱਥੇ ਆਏ ਜਦੋਂ 6 ਤਰੀਕ ਨੂੰ ਮਿਲਟਰੀ ਅੰਡਰ ਬੜੀ ਨਾ, ਤਾਂ ਉੱਥੇ ਸਾਡੇ ਕੁਛ ਦਫ਼ਤਰ ਦੇ ਮੁਲਾਜ਼ਮ ਸੀਗੇ, ਉਹਨਾਂ ਨਾਲ ਗੱਲਬਾਤ ਕਰੀ ਉਹਨਾਂ ਨੇ ਵੀ ਜੇ ਤੁਸੀਂ ਸੰਤਾਂ ਨੂੰ ਮਿਲਾ ਦਿਓ ਤਾਂ ਤੁਹਾਨੂੰ ਉਹ ਸਾਰਿਆਂ ਦੀ ਬੱਚਤ ਹੋ ਜੂ, ਕਿਸੇ ਨੂੰ ਮਾਰਿਆ ਨਹੀਂ ਜਾਊਗਾ। ਅਤੇ ਉਸ ਟਾਈਮ ਫਿਰ ਜਦੋਂ ਸੰਤਾਂ ਕੋਲ ਉਹਨਾਂ ਨੂੰ ਲੈ ਕੇ ਆਏ ਸਾਡੇ ਕੋਲ, ਤਾਂ ਸੰਤ ਕਹਿਣ ਲੱਗੇ ਵੀ ਸਾਡੀ ਤਾਂ ਕੋਈ ਲੜਾਈ ਨਹੀਂ ਹੈਗੀ, ਸਾਡਾ ਤਾਂ 7 ਮਾਈ ਮੋਰਚਾ ਚੱਲਦਾ ਹੈ। ਅਤੇ ਇਹਨਾਂ ਨੇ ਧੱਕਾ ਕਰਿਆ ਸਾਡੇ ਨਾਲ ਵੀ ਕੋਈ ਉਹ ਨਹੀਂ ਹੈਗਾ, ਹੁਣ ਜਿਵੇਂ ਤੁਸੀਂ ਕਹੋਗੇ ਆਹ ਜਨਤਾ ਨੂੰ ਬਚਾਓ, ਜਿਹੜੀ ਜਨਤਾ ਅੰਦਰ ਬੈਠੀ ਹੈ ਵਿਚਾਰੀ, ਉਹ ਗੁਰਪੁਰਬ ਸੀਗਾ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ, ਅਤੇ ਦੁਨੀਆ ਸੇਵਾ ਬਹੁਤ ਸੰਗਤ ਜਾਂਦੀ ਹੈ, ਅਤੇ 10,000 ਬੰਦਾ ਆਪਣੇ ਜ਼ਿਲ੍ਹਾ ਸੰਗਰੂਰ ਦਾ ਗ੍ਰਿਫਤਾਰੀ ਦੇਣ ਵਾਸਤੇ ਜੇਲ੍ਹ 'ਚ ਜਾਣ ਵਾਸਤੇ ਮੋਰਚੇ 'ਚ ਗਿਆ ਹੋਇਆ ਸੀਗਾ, ਅਤੇ ਮੈਂਬਰ ਸ਼੍ਰੋਮਣੀ ਕਮੇਟੀ ਨਛੱਤਰ ਸਿੰਘ ਲੈ ਕੇ ਗਿਆ ਸੀਗਾ। ਅੱਛਾ, ਜਦੋਂ ਫਿਰ ਸਾਨੂੰ ਉੱਥੋਂ ਅੰਦਰੋਂ ਹੱਥ ਖੜ੍ਹੇ ਕਰਾ ਕੇ ਅਤੇ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਗੁਰੂ ਰਾਮਦਾਸ ਸਰਾਂ ਦਾ ਵਿਹੜਾ ਜੀ ਉਹਦੇ ਵਿੱਚ ਲਿਆ ਕੇ ਬਿਠਾ ਲਿਆ। ਉੱਥੇ ਬਿਠਾ ਕੇ ਸਾਨੂੰ ਇੱਕ ਵਾਰੀ ਸੀਟੀ ਮਾਰੀ ਆ ਇੱਕ ਅਫਸਰ ਨੇ, ਸੀਟੀ ਮਾਰਨ ਸਾਰਾ ਬਰਾਂਡਾ ਦੇ ਉੱਤੇ ਮਿਲਟਰੀ ਫਿਰਦੀ ਸੀ, ਇੱਕਦਮ ਦਬਾ ਦਬ ਹੱਥ ਗੋਲੇ ਸਿੱਟਤੇ, ਥੱਲੇ ਗਰਮ ਮਸ਼ੀਨਾਂ ਬੀੜੀਆਂ ਸੀ ਔਰ ਫੇਰਤੀਆਂ ਟਰ ਟਰ ਕਰਕੇ ਹੈਂ। ਅਤੇ ਉੱਥੇ ਫਿਰ ਐਡੇ ਐਡੇ ਢੇਰ ਲੱਗੇ ਜੀ, ਅਸੀਂ ਉਹਨਾਂ ਢੇਰਾਂ ਦੇ ਥੱਲੇ ਇਹ ਲੰਮੇ ਪੈ ਕੇ ਬਚੇ ਹਾਂ। ਹੋਰ ਕੋਈ ਸਾਨੂੰ ਨਾ ਕੋਈ ਬਚਾਉਣ ਵਾਲਾ ਸੀਗਾ, ਨਾ ਕਹੀਏ ਵੀ ਅਸੀਂ ਆਪਦੀ ਛਿਹਾੜੀ ਨਾਲ ਬਚਿਆ ਸੀ, ਆਹ ਮੇਰੇ ਇੱਥੇ ਲੱਗੇ ਹੋਏ ਨੇ ਸਰੇ ਸਾਰੇ ਕਿ ਕੁਛ ਲੋਕ ਕੋਈ ਕੁਦਰਤੀ ਮਹਾਰਾਜ ਦੇ ਇਹ ਹੁਕਮ ਨਾਲ ਹੀ ਬਚੇ ਨੇ, ਹੋਰ ਕੋਈ ਆਪਦੀ ਛਿਹਾੜੀ ਨਾਲ ਨਹੀਂ ਬਚਿਆ ਸੀਗਾ। ਆਹ ਲੀੜੇ ਸਾਡੇ ਲੁਹਾ ਲੁਹਾ ਕੇ ਨਾ ਨੌਜਵਾਨ ਮੁੰਡਿਆਂ ਦੇ ਐਂ ਭਜਾ ਭਜਾ ਕੇ ਮਾਰੇ ਨੇ ਗੋਲੀਆਂ ਨਾਲ। ਅਤੇ ਉਦੋਂ ਬਾਅਦ ਜਦੋਂ ਉੱਥੇ ਸਾਰਾ ਕੁਛ ਢੇਰ ਲੱਗ ਗਿਆ, ਉਦੋਂ ਬਾਅਦ ਫਿਰ ਜਿਹੜੇ ਬੰਦੇ ਬਚੇ ਸੀਗੇ ਕੋਈ 100-200 ਬੰਦਾ, ਫਿਰ ਇਹਨਾਂ ਨੇ ਉਹ ਬਾਹਰ ਲਿਜਾ ਕੇ, ਹਾਂ ਬਸ ਇੰਨੇ ਤਾਂ ਅਸੀਂ ਅੱਖੀ ਦੇਖੇ ਨੇ ਪੈ ਰਹੇ ਹਾਂ ਤੜਕੇ 'ਚ ਕੋਈ 3-4 ਵਜੇ ਇਹ ਤੋਂ ਲੈ ਕੇ 8 ਵਜੇ ਤੱਕ ਅਸੀਂ ਉੱਥੇ ਉਹਨਾਂ ਦੇ ਥੱਲੇ ਪਏ ਰਹੇ ਹਾਂ। ਅਤੇ ਉਦੋਂ ਬਾਅਦ ਫਿਰ ਇੱਕ ਅਫਸਰ ਨੇ ਆ ਕੇ ਕਿਹਾ ਵੀ ਜੇ ਇਹਦਾ ਕੋਈ ਬੰਦਾ ਕੋਈ ਮਾੜਾ ਮੋਟਾ ਉੱਠ ਕੇ ਉਰਾਂ ਆ ਸਕਦਾ ਹੈ ਤਾਂ ਉਰਾਂ ਆ ਜਾਓ। ਜਦੋਂ ਅਸੀਂ ਉਹਨਾਂ ਦੇ ਥੱਲੇ ਹੌਲੀ 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 ਸਿਰਕ ਕੇ ਬਹਿ ਗਏ, ਬੈਠੇ ਤੋਂ ਬਾਅਦ ਨਿੱਕੇ ਨਿੱਕੇ ਬੱਚੇ ਤਿਹਾਏ ਮਰਦੇ ਸੀਗੇ, ਛੋਟੇ ਛੋਟੇ ਬੱਚੇ ਨਿੰਨੇ ਅਤੇ ਤਿਹਾਏ ਮਰਦੇ ਸੀਗੇ। ਜਿੱਥੇ ਅਸੀਂ ਪਏ ਸੀਗੇ ਨਾ ਉੱਥੇ ਪਾਣੀ ਵਾਲੀ ਟੈਂਕੀ ਟੁੱਟ ਕੇ ਪਾਣੀ ਦੇ ਵਿੱਚ ਵਿੱਚੇ ਤਾਂ ਬੱਚਿਆਂ ਦੀ ਬੰਦਿਆਂ ਦੀਆਂ ਲੈਟਰਿੰਗਾਂ, ਵਿੱਚੇ ਖੂਨ, ਉਹ ਵਿੱਚ ਪਾਣੀ ਦੇ ਰਲਿਆ ਫਿਰਦਾ ਸੀਗਾ। ਅਸੀਂ ਪੀਪੇ ਚੱਕ ਕੇ ਨਾ ਉਹਨਾਂ ਦੇ ਕੱਪੜਾ ਰੱਖ ਕੇ ਐਂ ਬੁੱਕਾਂ ਨਾਲ ਪਾਣੀ ਪੁਣ ਕੇ ਵੀ ਚੱਲ ਬੱਚਿਆਂ ਨੂੰ ਪਿਆਵਾਂਗੇ, ਇਹ ਮੂੰਹ ਗਿੱਲਾ ਕਰ ਲੈਣਗੇ। ਅਤੇ ਅਸੀਂ ਉਹ ਪੀਪੇ ਭਰ ਲਏ, ਜਦੋਂ ਪੀਪੇ ਭਰ ਲਏ ਤਾਂ ਜਦੋਂ ਮਿਲਟਰੀ ਵਾਲੇ ਆ ਗਏ ਕਹਿਣ ਲੱਗੇ ਯਾ ਕਿਆ ਕਰਤੇ ਹੋ ਬਈ, ਮਾਂ ਜੀ ਬੱਚੇ ਪਾਣੀ ਇੱਕ ਨਹੀਂ ਤਿਹਾਏ ਮਰਦੇ ਇਹਨਾਂ ਨੂੰ ਪਾਣੀ ਪਿਆਉਂਦੇ, ਸਾਡੇ ਸਾਲੇ ਅਜੇ ਵੀ ਪਾਣੀ ਮੰਗਦੇ ਹੈ, ਜੇ ਸਾਲੇ ਬਿੱਛੂ ਹੈ ਬਿੱਛੂ ਆਪਣੇ ਕੋਲ ਕੱਟੇਂਗੇ ਵੱਡੇ ਹੋਏ ਅਜੇ ਵੀ ਪਾਣੀ ਮੰਗਦੇ ਹੈ। ਉਹਨੇ ਫਿਰ ਮੇਰੇ ਆਹ ਬੱਟ ਮਾਰਿਆ ਜੀ ਇੱਥੇ ਮੂੰਹ 'ਤੇ, ਆਹ ਜਿਹੜੇ ਉਤਲੇ ਦੰਦ ਨੇ ਚਾਰੇ ਅੰਦਰ ਵੜ ਗਏ ਸੀਗੇ ਇਹ, ਅਤੇ ਇਹ ਫਿਰ ਡਾਕਟਰ ਨੇ ਚੱਕ ਕੇ ਫਿਰ ਬਾਹਰ ਕੱਢੇ ਸੀਗੇ। ਅਤੇ ਉਦੋਂ ਬਾਅਦ ਫਿਰ ਸਾਨੂੰ ਪੰਜਾਬ ਪੁਲਿਸ ਨੂੰ ਦੇਤਾ, ਸ਼ਾਮ ਨੂੰ ਪੰਜਾਬ ਪੁਲਿਸ ਨੇ ਫਿਰ ਸਾਨੂੰ ਜਿਹੜੇ ਫੱਟੜ ਸੀਗੇ ਉਹਨਾਂ ਨੂੰ ਹਸਪਤਾਲ ਭੇਜਤਾ, ਬਾਕੀ ਬੰਦੇ ਜਿਹੜੇ ਜਿਉਂਦੇ ਸੀਗੇ ਉਹਨਾਂ ਨੂੰ ਮਿਲਟਰੀ ਕੈਂਪ 'ਚ ਲੈ ਗਏ। ਅਤੇ ਉੱਥੇ ਜੀ ਉੱਥੇ
उन्होंने बर्ताव बहुत बुरा किया जी साडा। पुछो किवें सानूं बैरक च बंद करके लैडरिंग करन वास्ते एडे एडे पीपे रखे अंदर, वो पीपियां च लैडरिंगां कराइयां, उस च पेशाब कराया। जे असीं बाहर निकलते सीगे एडे एडे कुत्ते रखे हुए सीगे तां वो कुत्ते पाड़दे सीगे सानूं, ते उन्हां नूं मगर पाड़ दिंदे सीगे। कैंप च कोई बंदा असीं 500-600 बंदा होवांगे जी। अच्छा हाँ, क्यों अड्डोडी बैरगा च सीगे, साढ़े नाल सारे सिंह सीगे जिहड़े बच्चे सीगे, बच्चे होए वो उत्थों अमृतसर जेल च लिजा के उत्थों घरों घर ही छड़ते से, औरतां भी छड़तियां सीगियां, कुछ औरतां सीगियां, दो औरतां साढ़े नाल जोधपुर जेल च भी गईयां ने अमृतसर दियां, ते वो दोने औरतां साढ़े नाल 6 साल फिर सानूं अमृतसर ये जदों संत लौंगोवाल नूं छड्डिया उत्थों, छड्डे तो बाद संत जी नाल समझौता हो गया, समझौता होए मगरों सानूं पंजाब भेजण दा आर्डर करता जोधपुर जेल तो। 366 बंदे सीगे असीं उत्थे, ते जोधपुर भेजण दा आर्डर करता तां सानूं शाम नूं डिप्टी कहण लगे वी तुहानूं 1-2 दिन च गार्ड आ जाऊ लग के, ते तुहानूं पंजाब भेज के छड्डिया जाऊगा, समझौता हो गया साडा। ते इन्ने संत जी दी डेथ हो गई, संत जी दी डेथ होए मगरों साडा कम्म खट्टे च पै गया जी। ਉਹ ਫਿਰ ਸਾਨੂੰ 6 ਸਾਲ ਨਹੀਂ ਇਹਨਾਂ ਨੇ ਛੱਡਿਆ, 6 ਸਾਲ ਸਾਨੂੰ ਜੋਧਪੁਰ ਜੇਲ੍ਹ 'ਚ ਰੱਖਿਆ, 366 ਬੰਦੇ ਸੀਗੇ। ਅਤੇ ਉੱਥੋਂ ਜੇਲ੍ਹ 'ਚੋਂ ਫਿਰ ਸਾਡਾ ਪਹਿਲੀ ਤਰੀਕ 'ਤੇ ਸਾਡੀ 'ਤੇ ਅਡਵਾਨੀ ਗਿਆ ਸੀਗਾ ਵਕੀਲ, ਉਹਨੇ ਜਾ ਕੇ ਜੱਜ ਨੂੰ 8 ਸਵਾਲ ਕਰੇ, ਜੱਜ ਨੇ ਕੋਈ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਕਹਿੰਦਾ ਮੈਂ ਅਗਲੀ ਤਰੀਕ 'ਤੇ ਦਿਓ, ਉਹਨੇ ਸਾਨੂੰ ਤਰੀਕ ਫਿਰ ਦਿੱਤੀ, ਤਰੀਕ ਦਿੱਤੀ ਉਹਨੇ, ਫਿਰ ਅਡਵਾਨੀ ਨੇ ਸਾਡੀ ਮੁਲਾਕਾਤ ਪਾਈ 5-7 ਬੰਦਿਆਂ ਦੀ, ਉਹ ਫਿਰ ਸਾਨੂੰ ਕਹਿਣ ਲੱਗਿਆ ਮੁਲਾਕਾਤ 'ਤੇ ਵੀ ਇਸ ਤਰੀਕ 'ਤੇ ਜਾਂ ਤਾਂ ਤੁਹਾਨੂੰ ਛੱਡਣਗੇ ਜਾਂ ਤੁਹਾਨੂੰ ਬੰਨਣਗੇ। ਉਹਦੇ ਹੋਲੀ ਦਾ ਦਿਨ ਸੀਗਾ, ਹੋਲੇ ਮੋਲੇ ਦਾ, ਅਤੇ ਜਿੱਦੇ ਫਿਰ ਸਾਨੂੰ ਛੱਡਿਆ। ਇਹ ਹੋਲੀ ਵਾਲੇ ਦਿਨ ਸਾਨੂੰ ਜਾਂ ਡਿਪਟੀ ਅੰਦਰ ਲਿਸਟ ਲੈ ਕੇ ਗਿਆ ਸਾਡੀ 45 ਬੰਦਿਆਂ ਦੀ ਪਹਿਲਾਂ, ਤਾਂ ਉਹਨੇ ਅਸੀਂ ਕਿਹਾ ਵੀ ਸਾਨੂੰ ਟਿੱਚਰਾਂ 'ਚ ਕੌਣ ਸਾਨੂੰ ਛੱਡੂਗਾ, ਅਦਾਲਤਾਂ ਛੁੱਟੀ 'ਤੇ ਨੇ ਸਾਰੇ, ਉਹ 'ਚ ਛੁੱਟੀ ਹੈ, ਸਾਨੂੰ ਕਿਉਂ ਟਿੱਚਰਾਂ ਕਰਨ ਆ ਗਏ ਨਹੀਂ। ਫਿਰ ਸਾਨੂੰ ਅਦਾਲਤ ਲੱਗੀ, ਅਦਾਲਤ ਲੱਗੀ ਤੋਂ ਬਾਅਦ ਅਦਾਲਤ ਨੇ ਹੁਕਮ ਸੁਣਾਇਆ ਵੀ ਤੁਹਾਨੂੰ ਸਰਕਾਰ ਕਨੀਓ ਬਰੀ ਕਰਤਾ ਹੈ, ਅਤੇ ਤੁਹਾਨੂੰ ਘਰੋਂ ਘਰ ਹੀ ਅੱਜ ਸ਼ਾਮ ਤੱਕਰ ਤੁਹਾਨੂੰ ਘਰੋਂ ਘਰ ਹੀ ਪਹੁੰਚਾਇਆ ਜਾਊਗਾ। ਜਿਹੜਾ ਅਸੀਂ ਤੜਕੇ ਅੰਨ ਪਾਣੀ ਲਿਆ ਨਾ ਜੇਲ੍ਹ 'ਚ, ਉਹ ਸਾਨੂੰ ਖਾਣ ਦਾ ਹੁਕਮ ਨਹੀਂ ਹੋਇਆ। ਉੱਥੋਂ ਸਾਨੂੰ ਜੋਧਪੁਰੋਂ ਹਵਾਈ ਜਹਾਜ਼ 'ਤੇ ਚੜ੍ਹਾ ਕੇ ਚੰਡੀਗੜ੍ਹ ਲਿਆਉਂਦਾ, ਚੰਡੀਗੜ੍ਹ ਲਿਆ ਕੇ ਗਵਰਨਰ ਸੀਗਾ, ਗਵਰਨਰ ਨੇ ਐਂ ਕੁਰਸੀਆਂ ਢਵਾ ਕੇ ਬਿਠਾ ਕੇ ਸਾਨੂੰ ਸਾਰਿਆਂ ਨੂੰ ਐਵੇਂ ਕਹਿ ਜੀ ਦੁੱਖ ਸੁੱਖ ਵੀ ਪੁੱਛਿਆ, ਉੱਥੇ ਸਾਨੂੰ ਚਾਹ ਪਾਣੀ ਰੋਟੀ ਪਾਣੀ ਇੱਥੇ ਆ ਕੇ ਮਿਲਿਆ। ਫਿਰ ਉਹਨੇ ਸਾਨੂੰ ਜ਼ਿਲ੍ਹਿਆਂ ਮੂਜਬ ਭੇਜਤਾ, ਡੋਡੀ ਜਿਵੇਂ ਜ਼ਿਲ੍ਹਿਆਂ ਦੇ ਬੰਦੇ ਸੀਗੇ, ਜ਼ਿਲ੍ਹਿਆਂ 'ਚ ਭੇਜ ਕੇ ਜ਼ਿਲ੍ਹਿਆਂ ਵਾਲੇ ਨੇ ਸਾਨੂੰ ਥਾਣੇ ਭੇਜਤਾ, ਥਾਣੇ ਵਾਲੇ ਫਿਰ ਸਾਨੂੰ ਘਰ ਛੱਡ ਕੇ ਗਏ ਜੀ। 6 ਸਾਲ ਮਗਰੋਂ ਅਸੀਂ ਘਰ ਆਏ ਹਾਂ ਜੀ। ਅੱਛਾ, ਹੁਣ ਉਦੋਂ ਬਾਅਦ ਬਰਨਾਲਾ ਸਰਕਾਰ ਸੀਗੀ, ਆਉਣ ਸਾਰ ਬਰਨਾਲਾ ਸਰਕਾਰ ਨੇ ਸਾਡੇ ਜੋਧਪੁਰੀਆਂ ਦੇ ਕੇਸ ਕਰਾਤੇ ਸੀਗੇ 10-10 ਲੱਖ ਦੇ ਜੀ ਸੈਂਟਰ ਨਾਲ, ਵੀ ਇਹਨਾਂ ਦਾ ਜਿਹੜਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਇਹ 6-6 ਲੱਖ ਦਾ ਨੁਕਸਾਨ ਹੋਇਆ, ਵੀ ਉਹ ਇਹ ਬੇਦੋਸ਼ੇ ਕਿਉਂ ਰੱਖੇ ਗਏ ਨੇ ਉੱਥੇ। ਉਹ ਕੇਸ ਸਾਡਾ ਅੱਜ ਤੇ ਚੱਲ ਰਿਹਾ ਅੰਮ੍ਰਿਤਸਰ ਅਦਾਲਤ 'ਚ, ਉਹਦਾ ਕੋਈ ਸਰਕਾਰ ਅਜੇ ਸੁਣਵਾਈ ਨਹੀਂ ਕਰ ਰਹੀ ਹੈਗੀ ਹੈ। ਮੈਂ ਮਹੀਨੇ ਮਗਰੋਂ 1.5 ਮਹੀਨੇ ਮਗਰੋਂ ਤਰੀਕ 'ਤੇ ਜਾਂਦਾ, ਅਤੇ ਉਸ ਕੇਸ ਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ। ਅੱਜ ਤੱਕ ਸਾਨੂੰ ਨਾ ਸਰਕਾਰ ਨੇ ਕੋਈ ਸਾਨੂੰ ਸਹਾਇਤਾ ਦਿੱਤੀ, ਨਾ ਕੋਈ ਸਾਨੂੰ ਦੁੱਖ ਸੁੱਖ ਪੁੱਛਿਆ ਕਿਸੇ ਨੇ ਵੀ ਸਾਡਾ ਅੱਜ ਤੱਕ। ਅਸੀਂ ਬਸ ਤੁਹਾਨੂੰ ਕੀ ਦੱਸੀਏ ਵੀ ਬਾ ਅਸੀਂ ਘਰੋਂ ਬੇਘਰ ਹੋਏ ਫਿਰਦੇ ਹਾਂ, 2 ਬੱਚੇ ਦਾ ਮੇਰੇ ਐਡੇ ਐਡੇ ਜਵਾਨ ਚੜ੍ਹਾਈ ਕਰ ਗਏ ਇਸੇ ਦੁੱਖ 'ਚ, ਜ਼ਮੀਨ ਨਹੀਂ ਪੱਲੇ ਰਹੀ, ਇੱਕ ਮੁੰਡਾ ਹੁਣ ਵੰਡਾਈ ਠੇਕੇ 'ਤੇ ਲੈ ਕੇ ਸੀਰੀ ਲਾ ਕੇ ਇਹ ਗੁਜ਼ਾਰਾ ਕਰਦਾ, ਨਾਲੇ ਸਾਨੂੰ ਪਾਲਦਾ, ਅਤੇ ਸਾਡੀ ਬੁਰੀ ਹਾਲਤ ਹੈ। ਇਸ ਕਿਸੇ ਨੇ ਸਾਡੀ ਜਾਤ ਨਹੀਂ ਪੁੱਛੀ ਹੈਗੀ ਅੱਜ ਤੱਕ ਵੀ ਇਹਦੇ ਵਿੱਚ ਕੀ ਕੋਈ ਗ੍ਰਨੇਡ ਤਾਂ ਨਹੀਂ ਰੱਖਿਆ ਆ, ਉਹ ਟਰੱਕਾਂ ਦੀ ਕਿਸੇ ਨੇ ਤਲਾਸ਼ੀ ਨਹੀਂ ਕਰੀ। ਇਹ ਸਮੁੰਦਰੀ ਉਹ 'ਚ ਨਾਨਕ ਨਿਵਾਸ 'ਚ ਜਾ ਕੇ ਉੱਤਰੇ ਜੀ, ਅੰਦਰ ਦਰਬਾਰ ਸਾਹਿਬ 'ਚ ਗਏ ਨੇ ਚਾਰੇ ਟਰੱਕ, ਚਾਰ ਟਰੱਕ ਭਰੇ ਹੋਏ ਅਸਲੇ ਦੇ, ਪੇਟੀਆਂ ਬੰਦ,
ਉੱਥੇ ਤੇ ਇਹਨਾਂ ਨੇ ਨਾਨਕ ਨਿਵਾਸ ਸਰਾਂ 'ਚ ਲਾਈਆਂ ਨੇ ਸਾਰੀਆਂ। ਇਹ ਇਹਨੇ ਕੋ ਬਹੁਤ ਚਿਰ ਪਹਿਲਾਂ ਦੀ ਗੱਲ ਹੈ ਜੀ, ਕੋਈ 8-9 ਮਹੀਨਿਆਂ ਦੀ ਪਹਿਲਾਂ ਦੀ ਗੱਲ ਹੈ। ਉਹ ਅਸਲਾ ਵੀ ਇਹਨਾਂ ਕੋਲੇ ਵਗਿਆ, ਅਸਲਾ ਇਹਨਾਂ ਨੇ ਵੰਡ ਕੇ ਮੁੰਡਿਆਂ ਨੂੰ ਦਿੱਤਾ, ਬਾਬਰਾਂ ਨੂੰ ਹੋਰ ਹੈ, ਅਤੇ ਬਾਬਰਾਂ ਨੂੰ ਨਹੀਂ ਦਿੱਤਾ ਸੀਗਾ। ਬਾਬਰਾਂ ਨੇ ਫਿਰ ਕਿਹਾ ਵੀ ਚੰਗਾ ਤੁਸੀਂ ਐਂ ਕਰੋ ਵੀ ਜੇ ਤੁਸੀਂ ਇਹ ਸਰਾਂ ਤਾਂ ਜਾਤਰੂਆਂ ਵਾਸਤੇ ਆ, ਤੁਹਾਡੇ ਵਾਸਤੇ ਨਹੀਂ ਹੈਗੀ। ਫਿਰ ਉਹਨਾਂ ਨੇ ਸਰਾਂ 'ਚੋਂ ਕੱਢ ਕੇ ਫਿਰ ਉਹ ਅਕਾਲ ਤਖ਼ਤ 'ਤੇ ਜਾ ਕੇ ਕਬਜ਼ਾ ਕਰ ਲਿਆ ਉਹਨਾਂ ਨੇ। ਇਹ ਪਤਾ ਲੱਗਿਆ ਜੀ ਜਦੋਂ ਅਸਲੇ ਉਹਦੀ ਤਲਾਸ਼ੀ ਨਹੀਂ ਕਰੀ ਕਿਸੇ ਨੇ ਵੀ, CRP ਨੇ ਇੱਕ ਸਾਈਕਲ 'ਤੇ ਟੋਕਰੀ 'ਚ ਪਰਨਾ ਪਿਆ, ਉਹਨੂੰ 50 ਥੜ ਰੋਕ ਕੇ ਤਲਾਸ਼ੀ ਕਰਦੇ ਨੇ, ਉਹਨਾਂ ਦੀ ਕਿਸੇ ਨੇ ਤਲਾਸ਼ੀ ਨਹੀਂ ਕਰੀ। ਉਹ ਸਿਕਿਉਰਿਟੀ ਛੱਡ ਕੇ ਆਈ ਅੰਦਰ, ਅਤੇ ਉਹ ਜਦੋਂ ਤੋੜ ਕੇ ਸਾਡੇ ਸਾਹਮਣੇ ਪੇਟੀਆਂ 'ਚੋਂ ਅਸਲਾ ਕੱਢਿਆ, ਸਾਨੂੰ ਫਿਰ ਪਤਾ ਲੱਗਿਆ ਵੀ ਅਸਲਾ ਆਏ ਸਰਕਾਰ ਨੇ ਭੇਜਿਆ, ਉਹ ਕੋਈ ਬਾਹਰੋਂ ਨਹੀਂ ਆਇਆ ਸੀਗਾ ਜੀ। ਅਸਲਾ ਐਵੇਂ ਕਹਿੰਦੇ ਸੀ ਪਾਕਿਸਤਾਨ ਨੇ ਦਿੱਤਾ ਜੀ, ਇਹ ਅਮਰੀਕਾ ਨੇ ਦਿੱਤਾ ਜੀ, ਇਹ ਫਲਾਣੇ ਨੇ ਦਿੱਤਾ, ਕਿਸੇ ਨੇ ਨਹੀਂ ਅਸਲਾ ਦਿੱਤਾ। ਇਸੇ ਇੰਦਰਾ ਸਰਕਾਰ ਨੇ ਅਸਲਾ ਕਿਉਂ ਦਿੱਤਾ ਸੀਗਾ ਵੀ ਇਹਨਾਂ ਨੂੰ ਆਪ 'ਚ ਭੇੜ ਕੇ ਮਾਰ ਦਈਏ, ਇੱਥੇ ਕਬਜ਼ਾ ਸਾਡਾ ਹੋ ਜੇ। ਬਿੰਡਰ ਵਾਲਾ ਆਹ ਕਹਾਣੀ ਸੀਗੀ ਜੀ, ਹੈ, ਅਤੇ ਇਸ ਕਹਾਣੀ ਨੇ ਫਿਰ ਇਹ ਸਾਰਾ ਕੰਮ ਜਿਉਂ ਕਿਉਂ ਲੋਕ ਜਿਹੜੇ ਤਮਾਸ਼ਗਰੀ ਮੁੰਡੇ ਸੀਗੇ ਨਾ ਨੌਜਵਾਨ, ਉਹਨਾਂ ਨੂੰ ਇਹ ਉਹ ਹੋ ਗਿਆ ਵੀ ਆਪਾਂ ਨੂੰ ਅਸਲਾ ਮਿਲਦਾ ਜੀ, ਆਪਾਂ ਸੰਤਰਾ ਕੋਲ ਚੱਲੀਏ, ਉਹਨਾਂ ਕੋਲ ਆਉਣ ਲੱਗ ਗਏ, ਉਹ ਮੈਨੂੰ ਵੀ ਰਫਲ ਫੜਾਤੀ, ਤੈਨੂੰ ਵੀ ਫੜਾਤੀ। ਉਹ ਅਸਲੇ ਦਾ ਨਸ਼ੇ 'ਚ ਉਹ ਮੁੰਡੇ ਆਪ 'ਚ ਮੁੰਡਾ ਹੋਣਾ ਜੀ 500-600 ਬੰਦਾ ਮੁੰਡਾ ਤੋਂ ਜ਼ਿਆਦਾ ਹੋਊ ਜਦੋਂ ਅਟੈਕ ਕੀਤਾ ਹੈ। ਉਹਨਾਂ ਨੇ ਜਿੰਨਾ ਚਿਰ ਅਸਲਾ ਰਿਹਾ ਉਹਨਾਂ ਕੋਲ, ਇੰਨਾ ਚਿਰ ਫੌਜ ਅੰਦਰ ਨਹੀਂ ਬੜੀ ਹੈਗੀ, ਹੈ, ਜਦੋਂ ਅਸਲਾ ਖਤਮ ਹੋ ਗਿਆ ਨਾ ਉਹ ਤਾਂ ਸੋਟੀਆਂ ਤੋਂ ਭੇੜੀ ਹੋ ਗਈਆਂ, ਅਤੇ ਉਹ ਫਿਰ ਫੌਜ ਨੇ ਟੈਂਕ ਅੰਦਰ ਮਾਰੇ, ਆਹ 2 ਦਿਨ ਅੰਦਰ ਨਹੀਂ ਬੜੀ। ਆਹ ਸਾਰਾ ਸੀਨ ਦੀਂਦਾ ਸੀਗਾ ਜੀ, ਉਦੋਂ ਤਾਂ ਅਸੀਂ ਦੇਖਦੇ ਸੀ ਸਾਰਾ ਵੀ ਕਿਵੇਂ ਚੱਲ ਹੋ ਰਿਹਾ ਕਿਵੇਂ ਨਹੀਂ, ਉੱਥੋਂ ਬੈਠੇ ਨਿਕਲਦੇ ਅੰਨ ਪਾਣੀ ਲੈਣ, ਅਸੀਂ ਬੱਚਿਆਂ ਵਾਸਤੇ ਜਾ ਕੇ ਅੰਨ ਪਾਣੀ ਵੀ ਲਿਆਉਂਦੇ, ਫਿਰ ਸਾਨੂੰ ਅੰਨ ਪਾਣੀ ਸਾਡਾ ਅੰਦਰੋਂ ਬੰਦ ਹੋ ਗਿਆ, ਬਾਹਰੋਂ ਜਨਤਾ ਨੇ ਵੀ ਸਾਨੂੰ ਅੰਨ ਪਾਣੀ ਭੇਜਣ ਲੱਗ ਗਈ, ਉਹ ਮਿਲਟਰੀ ਨੇ ਅੰਦਰ ਅੰਨ ਪਾਣੀ ਨਹੀਂ ਆਉਣ ਦਿੱਤਾ, ਭੁੱਖੇ ਚਿਹੇ ਵੀ ਰਹੇ ਬੱਚੇ ਅੰਦਰ। ਇਹ ਚੀਜ਼ਾਂ ਬੀਬਾ ਜੀ ਬਹੁਤ ਜਿੰਨੀ ਵੀ ਬਹੁਤ ਕਸ਼ਟ ਦਿੱਤਾ ਜਿੰਨਾ ਵੀ ਕਹਿ ਦਈਏ, ਹੈ, ਸੰਤਾਂ ਨੂੰ ਸੰਤ ਲੌਂਗੋਵਾਲ ਉੱਥੇ ਬੱਚਿਆਂ ਨੂੰ ਉਹ ਕੱਢ ਦਿੰਦੇ, ਸਾਰਿਆਂ ਨੂੰ ਬਚਾ ਲੈਂਦੇ। ਅਤੇ ਇਹਨਾਂ ਨੇ ਕੀ ਕਰਿਆ, ਗੁਰਪੁਰਬ ਦਾ ਦਿਨ ਸੀਗਾ, ਜਿਹੜਾ ਤੋਂ ਬਾਹਰੋਂ ਜਾਂਦਾ ਸੀ ਨਾ ਅੰਦਰ ਮੱਥਾ ਟੇਕਣ, ਬਾਹਰੋਂ ਅੰਦਰ ਜਾਂਦੇ ਨੂੰ ਤਾਂ ਰੋਕਿਆ ਨਹੀਂ ਹੈਗਾ, ਅਤੇ ਅੰਦਰੋਂ ਜਿਹੜਾ ਬਾਹਰ ਨੂੰ ਆਉਂਦਾ ਸੀ ਉਹਨੂੰ ਬਾਹਰ ਨਹੀਂ ਆਉਣ ਦਿੱਤਾ। ਜਿਵੇਂ ਹੁਣ ਆਪਾਂ ਦਰਵਾਜ਼ੇ ਤੋਂ ਅੰਦਰੋਂ ਬਾਹਰ ਨੂੰ ਆਈਏ, ਬਾਹਰ ਨਹੀਂ ਆਉਣ ਦਿੱਤੇ, ਅੰਦਰ ਜਾਣ ਨੂੰ ਉਹ ਕੋਈ ਰੋਕਿਆ ਨਹੀਂ ਸੀਗਾ, ਉਹ ਬੰਦ ਸ਼ਾਮ ਨੂੰ ਬੰਦ ਕਰਿਆ ਫਿਰ ਇਹਨਾਂ ਨੇ, ਨਾ ਅੰਦਰੋਂ ਬਾਹਰੋਂ ਅੰਦਰ ਜਾਣ ਦਿੱਤਾ ਨਾ ਅੰਦਰੋਂ ਬਾਹਰ ਆਉਣ ਦਿੱਤੇ। ਫਿਰ ਤੜਕੇ 4 ਵਜੇ ਫਿਰ 4 ਤਰੀਕ ਨੂੰ ਟੈਕੇ ਕਰਤਾ। ਹਾਂਜੀ ਹਾਂਜੀ।